ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਯੂਟਿਊਬ ਚੈਨਲ ਦਾ ਤੁਹਾਡਾ ਸਵਾਗਤ ਹੈ। ਸੁੱਖ ਨੇ ਅੱਜ ਸਵੇਰੇ ਸਵੇਰ ਪਰੌਂਠੇ ਲਾਏ ਮੇਰੇ ਵਾਸਤੇ। ਸੋ ਕਿਹੜੇ ਲਾਏ? ਮੂਲੀ ਵਾਲੇ ਕਿ ਗੋਭੀ ਵਾਲੇ? ਕੌਣ ਲਾਏ? ਤੂੰ ਬਤਾਉਣ ਡਈ ਆ? ਲਿਆ ਫਿਰ ਵਧੀਆ ਵਧੀਆ ਨਵਾਏ ਸਵੇਰੇ ਸਵੇਰੇ ਰੂਟੇ ਲੈਣ ਡਿਆ। ਗੁਨਵਾਏ ਕੀ ਬਣ ਡਿਆ? ਮਿੱਦਾ ਜਿਹਾ ਅੱਜ ਵੱਖ ਵੱਖ ਡਿਮਾਂਡ ਅਤੇ ਵੱਖ ਵੱਖ ਪਰੌਂਠੇ। ਇੱਧਰ ਕਿਹੜੇ ਆ? ਮੰਮੀ ਮਕਈ ਵਾਲੇ ਅਤੇ ਮੇਰੇ ਲਈ ਮੂਲੀਆਂ ਵਾਲੇ, ਡੈਡੀ ਮਕਈ ਵਾਲੇ। ਗੁਨਵਾਜ ਭਾਅ ਜੀ ਕਿਹੜੇ ਖਾਣੇ? ਸਾਰੇ ਜਣੇ ਪ੍ਰਸ਼ਾਦਾ ਛਕਣਗੇ ਅਤੇ ਮੈਂ ਚੱਲਿਆ ਹਾਂ ਭੋਗ 'ਤੇ। ਭੋਗ ਵਾਲੇ ਘਰ ਮਾਸੀ ਕਰ ਰਹੀ ਹੁਣ ਪਰਸੋਂ ਗੁਰਬੰਦ ਦਾ ਧਮਾਨ ਉਹ ਜਨਮ ਦਿਨ ਅਤੇ ਉਹਦੀਆਂ ਤਿਆਰੀਆਂ ਦੀ ਸਲਾਹਾਂ ਕਰਨ ਲਈ ਕੀ ਕਰਨਾ ਹੈ? ਹੋ ਗਈ ਤਿਆਰੀ? ਮਾਸੀ ਦੀਆਂ ਦੋ ਕੋਟੀਆਂ ਪਾਈਆਂ ਮੈਂ ਲਵਾਈ ਇੱਕ, ਮੈਂ ਠੰਡ ਘੱਟ ਗਈ ਹੁਣ ਬੱਸ ਕਰ ਪੇਤਰਾਂ ਕਢਾਣੀਆਂ ਹੁਣ। ਉਹ ਅੱਜ ਛੁੱਟੀ ਭਾਅ ਜੀ? ਐਵੇਂ ਚੌੜਾ ਹੀ ਆ ਨਾ ਛੁੱਟੀ ਅੱਜ? ਲੈ 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 ਮਚਰਿਆ ਹੀ ਲੈ 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 ਟਿੱਡੀਆਂ ਨੂੰ ਜੁਕਾਮ ਹੋਇਆ ਸੀ। ਆਹ ਤੇਰੀ ਮਾਂ ਮਰ ਲਈ ਉਹਨੇ ਗੁਰਨਿਵਾਜ ਨੇ, ਲੱਭ ਪਤਾ ਹੋਵੇ। ਅਸੀਂ ਜਾਣ ਕੇ ਕਿਹਾ ਮੰਮੀ ਨੂੰ ਰਹਿਣ ਦਿੰਦੇ, ਮੰਮੀ ਸਵੇਰ ਦੇ ਠੀਕ ਨੀ ਆ। ਹੁਣ ਮੈਂ ਤੇ ਮੰਮੀ ਤੇ ਮਾਸੀ ਚੱਲੇ ਆ ਪਿੰਡ ਭੋਗ ਤੇ, ਇਹ ਸਾਰੇ ਰਹਿਣਗੇ ਘਰੇ ਹੀ, ਅਸੀਂ ਆਵਾਂਗੇ ਹੁਣ ਪ੍ਰਸ਼ਾਦਾ ਪਾਣੀ ਛੱਕ ਕੇ। ਅੱਜ ਸਾਰਾ ਪੰਜਾਬ ਬੰਦ ਹੈ ਤੇ ਅੱਜ ਸਾਰੇ ਜਣੇ ਵਿਹਲੇ ਘੁੰਮਣ ਡਏ। ਆਹ ਵੀ ਛੁੱਟੀ ਤੇ, ਮੈਂ ਵੀ ਛੁੱਟੀ ਤੇ, ਆਹ ਵੀ ਛੁੱਟੀ ਤੇ। ਐ ਲੈਟਾਂ ਵਾਲੇ ਬੂਟ ਪਾ ਕੇ ਅਸੀਂ ਆ ਚੁੱਕੇ ਹਾਂ ਗੁਆਂਢੀਆਂ ਦੇ ਘਰ ਤੇ ਅੱਜ ਗੁਆਂਢੀ ਤਿਆਰ ਹੋਏ ਆ ਭੋਗ ਵੇਖਣ ਨੂੰ। ਵਿਚੋਲਿਆਂ ਦਾ ਭੋਗ ਹੈ ਇਹਨਾਂ ਦਾ। ਕਿਹਦਾ ਸੂਟ? ਮਦੀਦ ਦੇ ਪਜਾਮੇ ਨਾਲ ਦਾ ਹੀ। ਕਿਹਦਾ ਸੂਟ? ਹੁਣ ਅੱਜ ਤੇ ਅਸੀਂ ਘਰ ਆ, ਅਸੀਂ ਕਿਸਾਨਾਂ ਦੇ ਸਮਰਥਨ ਕਰਕੇ ਛੁੱਟੀ ਕੀਤੀ। ਕੱਲ ਅਸੀਂ ਆਵਾਂਗੇ ਇਹਦੀ ਭਾਬੀ ਦੀ ਭੈਣ ਕੋ ਤੇ ਡੈਡੀ ਵਾਲੇ ਨੇ ਮਾਸੀ ਅਜੇ ਦੁਕਾਨ ਨੀ ਖੋਲੀ, ਡੈਡੀ ਸਾਡੇ ਅੱਜ ਘਰੇ ਹੀ ਆ ਕਿਸਾਨਾਂ ਦੇ। ਅੱਜ ਚਾਚੇ ਨੇ ਵੀ ਨੀ ਮੈਨ ਖੜੀ, ਪੂਰਾ ਸਮਰਥਨ ਦਿੱਤਾ ਜਾਊਗਾ ਕਿਸਾਨਾਂ ਦਾ ਤੇ ਇਸ ਕਰਕੇ ਅਸੀਂ ਰਹਿਣਗੇ। ਸਾਰੀਆਂ ਛੁੱਟੀਆਂ ਬਰਾ। ਗੁਰਨਿਵਾਜ ਨੇ ਵੀ ਅੱਜ ਕੋਈ ਆਪਣਾ ਫੰਕਸ਼ਨ ਨੀ ਅਟੈਂਡ ਕੀਤਾ। ਗੁਰਨਿਵਾਜ ਨੂੰ ਜਿਤਨੀ ਤੋਂ ਆਫਰ ਆਏ ਸਭ ਰਿਜੈਕਟ ਕਰਤੇ। ਗੁਰਨਿਵਾਜ ਕਹਿੰਦਾ ਮੈਂ ਨੀ ਅੱਜ ਜਾਣਾ, ਸਾਰੇ ਘਰੇ ਅੰਨ ਜਿਹੜੇ ਬੈਠੇ ਤੇ ਜਿਹੜੀਆਂ ਸੱਟਾਂ ਖਾਣ ਡੇ ਉਹ ਨਾਲ ਮਾੜੀ ਗੱਲ ਲੱਗੀ ਨੀ ਤੂੰ? ਮੈਂ ਮੈਨੂੰ ਤੇ ਐ ਲੱਗਣ ਡਿਆ ਜਿੱਦਾਂ ਸੱਪ ਦੀ ਖਾਲ ਹੁੰਦੀ। ਤਾਂ ਤਾਂ ਬੜਾ ਕੁਝ ਲੱਗਦਾ ਆ। ਇਹ ਨਹੀਂ ਵੈਸੇ ਫਾਇਦੇਮੰਦ ਨਹੀਂ ਹੁੰਦੇ ਸੋਫੇ, ਉਦਾਂ ਹੀ ਪਾਉਣ ਲਈ ਹੁੰਦੇ ਆ। ਇੱਦਾਂ ਕਵਰ ਜੇ ਤੇ ਲੱਥਦੇ ਰਹਿੰਦੇ ਕੋਈ ਬਹਿ ਜਾਂਦਾ ਫੇਰ ਲੱਥ ਜਾਂਦੇ ਫੇਰ। ਤੇ ਜਿਹੜਾ ਕੱਲ ਵਲੌਗ ਨਹੀਂ ਆਇਆ ਉਹ ਅਸੀਂ ਥੋੜ੍ਹੇ ਜਿਹੇ ਬਿਜ਼ੀ ਹਾਂ, ਇੱਕ ਗੁਰਨਿਆਣ ਨੂੰ ਥੋੜ੍ਹੀ ਖਾਂਸੀ ਅਤੇ ਉਹਦੀ ਦਵਾਈ ਲੈਣ ਚੱਲ ਗਏ, ਫਿਰ ਅਸੀਂ ਨਹੀਂ ਸ਼ੂਟ ਕੀਤਾ। ਮੈਂ ਵੀ ਡਿਊਟੀ 'ਤੇ ਹੈ ਵੀ ਬਿਜ਼ੀ ਸੀ ਅਤੇ ਕਈ ਵਾਰੀ ਹੋ ਜਾਂਦਾ ਵਾਧਾ ਘਾਟਾ ਇਸ ਕਰਕੇ। ਬਾਕੀ ਕੰਟੀਨਿਊ ਆਹ ਚੰਗਾ ਕੀਤਾ, ਗੱਦੀਆਂ ਬੜੀਆਂ ਵੱਡੀਆਂ ਹੈਗੀਆਂ ਸੋਫੇ ਦੀਆਂ। ਮੈਂ ਪਤਾ ਸਿਆਣੀ ਮਾਂ ਦੇ ਧੀ ਆ, ਠੀਕ ਆ ਨਾ, ਸੁੱਟੀਆਂ ਥੋੜੀ ਕੀ ਗੱਦੀਆਂ
ਕੀ ਗੱਡੀਆਂ ਨਾਲ ਲੱਗੀ ਨਾ ਤੇ ਗੱਡੀਆਂ ਨਾਲ ਲਿਆਂਦੀ ਠੀਕ ਹੈ ਸੋਹਣੇ ਲੱਗਦੇ ਤੇ ਕਿ ਨਹੀਂ ਲੱਗਦੇ ਵਧੀਆ ਲੱਗਣ ਦੇ ਵੈਸੇ ਸੋਹਣਾ ਲੱਗ ਗਿਆ ਹੈ ਠੀਕ ਹੈ ਇਹ ਮੰਦੀ ਲੱਗੀ ਸੋਫੇ ਦਾ ਕਵਰ ਕੱਟਣ ਤੇ ਗੁਰਨਿਵਾਜ ਅੱਧੇ ਕੰਮ ਰੋਕ ਦਿੰਦਾ ਉਹ ਕਹਿੰਦਾ ਪਹਿਲਾਂ ਇੱਧਰ ਦੁੱਧ ਫੜਾਓ ਫਿਰ ਜਾਵਾਂਗੇ ਕਿ ਪਾਸੇ ਫਿਰ ਗੱਲ ਕਰਾਂਗੇ ਹੁਣ ਕਰੇ ਦੁੱਧ ਗਰਮ ਤੇ ਆਪਾਂ ਚੱਲਦੇ ਹਾਂ ਭੋਗ ਵਾਲੇ ਘਰ ਕਦੇ ਆਪਾਂ ਛੁੱਟੀ ਹੋਈ ਆਪਾਂ ਲੈਣੇ ਆ ਨਜ਼ਾਰੇ ਆਪਾਂ ਘਰੇ ਆਪਾਂ ਪਹਿਲਾਂ ਖਾਵਾਂਗੇ ਅੰਗੂਰ ਫਿਰ ਜਾਵਾਂਗੇ ਇਹ ਤਾਂ ਨਹੀਂ ਰੱਖੇ ਤੁਹਾਡੇ ਘਰਾਂ 'ਚ ਮੈਂ ਕੱਲ ਯਾਰ ਮੈਂ ਨਾ ਕਿਸੇ ਦੀ ਰੀਸ ਕੀਤੀ ਸ਼ਹਿਰ ਵਾਲੇ ਆਂਟੀ ਦੀ ਉਹ ਆਪਦੇ ਘਰ ਵਾਲੇ ਨੇ ਟਿਫਨ 'ਚ ਬੜਾ ਕੋਈ ਪਾ ਲੈਂਦੀ ਮੈਂ ਕੱਲ੍ਹ ਜਿੱਦਣ ਅੰਗੂਰ ਪਾ ਦਿੰਦੇ ਕਿਤੇ ਮਿਲੀ ਨਾ ਭਾਈ ਖੱਤੀ ਦੇ ਅੰਗੂਰ ਮਨ ਨਹੀਂ ਸਾੜ ਦਿੱਤਾ ਮੈਂ ਇਧਰ ਲੱਗ ਗਿਆ ਆਪਾਂ ਆਪਣੇ ਕੰਮ ਤੇ ਮਾਸੀ ਜੀ ਪ੍ਰੈਸ ਮਾਰਨ ਤੇ ਇਧਰ ਟੇਲਰ ਗਏ ਆਪਣਾ ਬੋਰੀ ਬਿਸਤਰਾ ਸਾਂਭਣ ਤੇ ਅੱਧੀ ਬਾਂਹ ਦੀ ਪਾਈ ਤੇ ਠੰਡ ਨਾ ਲਵਾ ਲਈ ਮੈਂ ਰਾਤ ਤਾਂ ਆ ਗਿਆ ਹਾਂ ਵੀ ਕਿਤੇ ਬੱਸਾਂ ਬੰਦ ਹੋ ਜਾਣੀਆਂ ਤੇ ਮੁੜ ਕੇ ਮੇਰੇ ਕੋਲ ਜਾ ਨਹੀਂ ਆ ਆਪਾਂ ਸਾਹਿਬ ਨੂੰ ਕਿਹਾ ਸਾਹਿਬ ਜੀ ਮੈਂ ਚੱਲਿਆ ਜਾਂਦਾ ਕੋਈ ਗੱਲ ਨਹੀਂ ਪੁੱਤ ਜਾਓ ਮੈਂ ਉੱਥੇ ਆ ਗਿਆ ਬੜਾ ਬਿਆਸ ਬੜਾ ਜਾਮ ਲੱਗਾ ਕੱਲ੍ਹ ਬਹੁਤ ਜਾਮ ਹੀ ਬਿਆਸ ਤੇ ਕੱਲ੍ਹ ਤਾਂ ਕਰਕੇ ਵਲੌਗ ਨਹੀਂ ਬਣਿਆ ਕਿਉਂਕਿ ਮੈਂ ਇੱਕੋ ਦਿਨ 'ਚ ਅਪਡਾਊਨ ਕੀਤਾ ਹੈ ਨਹੀਂ ਅਸੀਂ ਸੋਫੇ ਕੱਟਣ ਨੂੰ ਭੇਜੀ ਹੋਈ ਨਵੀਂ ਰੱਖ ਲਈ ਤੇ ਪੁਰਾਣੀ ਸਾਨੂੰ ਦੇ ਦਿੱਤੀ ਚਾਦਰ ਵੱਡੀ ਆਹ ਪੁਰਾਣੀ ਕੈਂਚੀ ਦੇ ਦਿੱਤੀ ਨਾ ਤੁਹਾਨੂੰ ਦੇ ਇਹਨਾਂ ਨੂੰ ਏਡੇ ਚਾਦਰਿਆਂ ਨੂੰ ਪੁਰਾਣੀ ਕੈਂਚੀ ਦੇ ਦੇ ਯਾਰ ਨਵੀਂ ਚੁੱਕ ਲਿਆ ਇਹਨਾਂ ਦੀ ਮੈਂ ਦੁਸ਼ਮਣਾਂ ਦੇ ਘਰ ਦੀ ਦੁਸ਼ਮਣਾਂ ਦੀਆਂ ਤਾਂ ਸਾਰੀਆਂ ਖੁਸ਼ੀਆਂ ਚੁੱਕ ਲਿਆ ਮੈਂ ਅੰਗਰੇਜ਼ ਫਿਲਮ ਵਾਂਗੂ ਮਨਦੀਪ ਦੁਸ਼ਮਣਾਂ ਦੀਆਂ ਸਾਰੀਆਂ ਖੁਸ਼ੀਆਂ ਚੁੱਕ ਲਿਆ ਮੈਂ ਤੇਰੀ ਝੋਲੀ 'ਚ ਮਾਤੀਆਂ ਲਿਆ ਕੇ ਕਿੱਡੀ ਝੂਠ ਕੱਟਣ ਲਈ ਕਹਿੰਦੀ ਮਿੰਦਰ ਕੈਂਚੀ ਫੜਾਇਓ ਮੈਂ ਉੱਧਰ ਤੇ ਮਾੜੀ ਕੈਂਚੀ ਦੀ ਫੜਾ ਇੱਧਰ ਚੁੱਕ ਲਿਆਂਦੀ ਮੈਂ ਮੈਨੂੰ ਗੱਡੀ ਪਾ ਗਈ ਮੈਨੂੰ ਉਦੋਂ ਦੀ ਲੱਗੀ ਵੀ ਆਵੇ ਮਿੰਟ ਮਿੰਟ ਕੱਟਦੀ ਨਾ ਲੱਗ ਜਾਣਾ ਕੰਮ ਕੱਟ ਤੂੰ ਮਾਨਾ ਬਹਿ ਗਿਆ ਵਧੀਆ ਤਰ੍ਹਾਂ ਕੱਟ ਹੁਣ ਲਓ ਜੀ ਆਪਾਂ ਚੇਂਜ ਕਰਤੀ ਕਵਰ ਦੀ ਲੁੱਕ ਤੇ ਸੋਹਣਾ ਲੱਗਣ ਦਾ ਵੈਸੇ ਹੁਣ ਆ ਗੱਦੀਆਂ ਵੀ ਨਵੀਆਂ ਬਣਾਈਆਂ ਇਹ ਵੀ ਵਧੀਆ ਲੱਗਣੀਆਂ ਇਹ ਆਉਣੀਆਂ ਨਾ ਗੱਦੀਆਂ ਕਿ ਆ ਗਈਆਂ ਨਹੀਂ ਕਵਰ ਲੈ ਆਂਦੇ ਗੱਦੀਆਂ ਬਣਾਉਣ ਜਾਂਦੀ ਆ ਮਤਲਬ ਅੱਜ ਜਾਣਾ ਸੀ ਤਾਂ ਅੱਜ ਕੁਛ ਨਹੀਂ ਕਰਨਾ ਕੱਲ ਨੂੰ ਬਣਾਉਣਾ ਠੀਕ ਹੈ ਉਹ ਆਦੇ ਲਾਈਟ ਨਾ ਡਾਕ ਜਾਇਆ ਸੋਹਣੀ ਲੱਗਣੀ ਇਦਾਂ ਚਲੋ ਠੀਕ ਛੋਟੀਆਂ ਬਣਾਈਆਂ ਯਾਰ ਕੀ ਹਾਂਜੀ ਛੋਟੀਆਂ ਬਣਾਈਆਂ ਅੱਗੇ ਗੱਦੇ ਬਣਾਉਣੇ ਸੀ ਆਹੋ ਹੁਣ ਆਪਾਂ ਜਿਹੜੇ ਲੁੱਟ ਕੇ ਲਿਆ ਮਾਲ ਲੁੱਟਦਾ ਦੇ ਹੀ ਉਹਨਾਂ ਦੇ ਘਰ ਹੀ ਲੁੱਟਦਾ ਮਾਲ ਆਪਣਾ ਲੈ ਲਓ ਕੈਂਚੀ ਆਪਣੀ ਕੱਟੇ ਗਏ ਕਿ ਮਿੰਟੋ ਮਿੰਟੀ ਐਵੇਂ ਕੈਂਚਾ ਲਾ ਦਿੱਤਾ ਹੀ ਉਹਨਾਂ ਸਾਨੂੰ ਯਾਦ ਰਹੋ ਕਿ ਦੀ ਆਪ ਨਵੀਂ ਕੈਂਚੀ ਵਰਤਣੇ ਉਹਨੂੰ ਪੁਰਾਣੀ ਦੇ ਦਿੱਤੀ ਵੀ ਡਹਿ ਰਹੋ ਗੁੱਬਣ ਬੜੀ ਤੇਜ਼ ਤੀ ਮਾਂ ਗੁੱਬਣ ਬਹੁਤ ਤੇਜ਼ ਹੋ ਗਈ ਸਾਡੀ ਤਿਆਰੀ ਦਿੰਦਰ ਵੀ ਹੋ ਗਿਆ ਮੈਂ ਮਾਸੀ ਅੱਜ ਕਹਿ ਰਹੇ ਤੇਰਾ ਤੂੰ ਵੀ ਪਰਾਂਡਾ ਪਾਇਆ ਨਾ ਇੱਧਰ ਜੱਠਾ ਪਰਾਂਡਾ ਪਾਇਆ ਸੀ ਅੱਜ ਦੋਵਾਂ ਨੇ ਇੱਕੋ ਜਿਹੇ ਪਾਏ ਉਹ ਆ ਗਏ ਛੱਡਣ ਮੰਮੀ ਨੂੰ ਕਿੰਨੇ ਜਣੇ ਤੋਰਨ ਆਏ ਗੁਰਨਵਾਜ ਨੇ ਵੀ ਜਾਣਾ ਨਾਲ ਅੱਜ ਵੀ ਆਪਾਂ ਵੀ ਜੇ ਮਾਸੀ ਨੇ ਵੀ ਉਹੋ ਜਿਹਾ ਪਾਇਆ ਤੇ ਮੰਮੀ ਨੇ ਵੀ ਉਹੋ ਜਿਹਾ ਸੂਟ ਪਾਇਆ ਉਹੋ ਜਿਹੀ ਜੈਕਟ ਪਾਈ ਉਹੋ ਜਿਹੀ ਮਾਸੀ ਨੇ ਪਾਈ ਅੱਜ ਸਾਰਿਆਂ ਨੇ ਵਧੀਆ ਵਧੀਆ ਕਿਹਾ ਇੱਧਰ ਉਹਨਾਂ ਦੋਵਾਂ ਭੈਣਾਂ ਨੇ ਇੱਕ ਦੂਜੇ ਨੂੰ ਵੇਖ ਕੇ ਤਿਆਰ ਹੋਈਆਂ ਦੋਵੇਂ ਭਰਾ ਇੱਕ ਦੂਜੇ ਨੂੰ ਵੇਖ ਕੇ ਤਿਆਰ ਹੋਏ ਲਓ ਜੀ ਆਪਾਂ ਭੋਗ ਵੇਖ ਕੇ ਆ ਚੁੱਕੇ ਨੇ ਇੰਨੇ ਉੱਥੇ ਬਹੁਤ ਸਤਾਇਆ ਕਦੀ ਐਨਕ ਲੈਣੀ ਕਦੀ ਮੈਂ ਸਲੇਟ ਲੈਣੀ ਬਿੱਲ ਆਏ ਆ ਫਿਰ ਉਹਨੇ ਕਾਂ ਖੜਿਆ ਕਰਨਾ ਪੁੱਤ ਕਿਤੇ ਵੀ ਚੌੜਾ ਹੀ ਕਦੇ
ਖਰਾਬ ਕਰੀ ਜਾਣਾ ਭੈਣ ਕੀ ਕੱਢ ਲੱਗੀ ਵਿੱਚੋਂ ਭੈਣ ਨੇ ਕੀ ਖਜ਼ਾਨਾ ਨਫਿਆ ਚ ਓਹੋ ਪਰਚੀਆਂ ਦਵਾਈਆਂ ਵਾਲੀਆਂ ਤੇ ਆਹ ਮੈਡਮ ਜਦੋਂ ਦੀ ਸਵੇਰ ਦਾ ਮੱਥੇ ਛੱਡ ਕੇ ਗਿਆ ਉਹ ਹੀ ਕਿਤੇ ਸਿਰ ਵੀ ਨਹੀਂ ਮਾਸਾ ਵਾਇਆ ਕਿਤੇ ਜਾ ਹੋ ਗਾ ਤੇ ਗੁਰਨਵਾਜ ਦੀ ਦਵਾਈ ਫੜ ਕੇ ਲਈ ਰਸਾਈ ਚੱਲ ਚੰਗਾ ਕੀਤਾ ਜਾ ਤੂੰ ਫਿਰ ਹੁਣ ਤਿਆਰ ਹੋ ਮਾੜਾ ਆਂਦੀ ਦੇਣੇ ਤੇ ਆਂਦੀ ਸੌਖਾ ਨਹੀਂ ਦੇਣੇ ਤੇ ਗਰਮ ਗਰਮ ਦੇਣੇ ਠੰਡੇ ਦਾ ਕੀ ਫਾਇਦਾ ਮੁੜ ਕੇ ਫਿਰ ਠੀਕ ਹੈ ਪ੍ਰਸ਼ਾਦਾ ਪਾਣੀ ਛੱਕ ਕੇ ਭੋਗ ਵਾਲੇ ਘਰੋਂ ਕਾਫੀ ਸੁਸਤੀ ਪੈ ਚੁੱਕੀ ਤੇ ਆਹ ਮੈਨੂੰ ਉਦੋਂ ਦੀਆਂ ਗਾਲਾਂ ਕੱਢੀ ਜਾਣ ਦੀ ਮੈਂ ਅੰਦਰ ਕੋਲ ਲੰਮੇ ਪਿਆ ਇਹਦਾ ਜੀਨ ਲੱਗਦਾ ਮੇਰੇ ਬਿਨਾਂ ਕਹਿੰਦੀ ਮੇਰੇ ਨਾਲ ਗੱਲਾਂ ਕਰ ਬਾਹਰ ਸ਼ੁਕਰ ਹੈ ਕਦੇ ਇਹਨੇ ਵੀ ਸਿਰ ਸ਼ੁਰੂ ਹੋਇਆ ਆਹ ਵਿੰਦਰ ਵੱਲ ਵੇਖੀ ਕੀ ਕਰਨ ਡਿਆ ਜਾ ਸੁੱਖ ਗਿਆਨੀ ਦੀਆਂ ਗੱਲਾਂ ਸੁਣੀਆਂ ਅੱਜ ਗਿਆਨੀ ਨੂੰ ਛੁੱਟੀ ਹੈ ਗਿਆਨੀ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ ਹਾਂ ਕੀ ਬਣ ਡਿਆ ਤੁਹਾਡਾ ਵਿੰਦਰ ਨਾਲ ਛੁੱਟੀ ਅੱਜ ਅੱਜ ਨਹੀਂ ਆ ਰਹੇ ਵਿੰਦਰ ਨਾਲ ਉਹ ਗੁਰਨਵਾਜ ਲੱਗਾ ਹੀ ਗ੍ਰਹਿਮ ਦੀਆਂ ਅਣਕਾਂ ਲਾਉਣ ਹਾਂ ਫੋਨ ਹੀ ਕਰਦਾ ਰਹਿੰਦਾ ਇਹਨੂੰ ਕਿਤੇ ਆਉਂਦੇ ਰਹਿੰਦੇ ਇੰਨੇ ਫੋਨ ਵੇਖੀ ਕਿਤੇ ਰੰਗ ਹੀ ਉੱਡ ਗਿਆ ਫੋਨ ਉਹਨੇ ਪਤਾ ਲੱਗ ਗਿਆ ਕਮਲ ਨੂੰ ਪਤਾ ਲੱਗ ਗਿਆ ਉਹ ਤੈਨੂੰ ਕਿਤੇ ਫੋਨ ਆਉਣ ਡਿਆ ਵੇ ਡੈਡੀ ਉਹਦੇ ਦਾ ਆਉਣ ਡਿਆ ਤੂੰ ਕਿੱਧਰ ਆਈ ਸੌਦਾ ਲੈਣ ਦਾ ਜੇ ਕਿੱਥੋਂ ਲੈਣ ਚੱਲੇ ਲਾਗੋ ਹੀ ਚੱਲੀਏ ਸੌਦਾ ਲੈਣ ਮੇਰਾ ਮਾਸਾ ਤਿਆਰ ਹੋਣ ਜੀ ਨਹੀਂ ਕਰਦਿਆ ਮੈਨੂੰ ਕਹਿ ਕੇ ਤਿਆਰ ਕਰਵਾ ਦਿੱਤਾ ਚਲੋ ਚੱਲੀਏ ਰਾਸਾਂ ਸੀ ਤੇ ਦਵਾਈ ਲੈ ਕੇ ਆਉਂਦੇ ਹੁਣ ਬਾਅਦ ਚ ਕਿਹਨੇ ਕਹਿ ਤਾ ਬੰਦ ਆ ਤੇ ਹੁਣ ਉਹ ਨਾਨੀ ਨਹੀਂ ਆਏ ਉਹਨਾਂ ਨੂੰ ਪਹਿਲਾਂ ਟਰਾਲੇ ਆਂਦੇ ਲੱਗੇ ਰਾਵਾਂ ਚ ਮਾਲਕਾਂ ਨਾਲ ਹੀ ਕਰਦੀ ਆਈ ਜਿਹੜੀ ਖਾਣੀ ਅੱਜ ਰੋਟੀ ਕੋਫਤੇ ਖਾਦੇ ਨਾਲ ਖਾਦਾ ਦਾਲ ਨਾਲ ਦਾਲ ਨਾਲ ਖਾਦੇ ਚਾਰ ਫੁਲਕੇ ਹੈਂ ਉਹ ਤੋਂ ਬਾਅਦ ਨਾਲ ਖੀਰ ਨਾਲ ਖੀਰ ਤੇ ਨਾਲ ਕੜਾਹ ਨਾਲ ਕੜਾਹ ਖਾ ਹੋ ਗਈ ਨਾ ਉੱਥੇ ਉੱਠਣ ਦੀ ਬਾਹਰ ਤੁਹਾਡੇ ਪ੍ਰੋਗਰਾਮ ਪਰਸੋਂ ਆ ਤੇ ਕੱਲ ਕੱਪੜੇ ਲੈ ਜਾਣਾ ਹੈ ਪਾਉਣ ਵਾਲੇ ਆਪਣੇ ਨਾਨਕੇ ਵੀ ਸੱਦ ਲਈ ਤੇ ਆਪਣੇ ਨਣਾਨਾ ਸੱਦ ਕੇ ਬਿਠਾ ਲਿਆ ਤੇ ਕੱਲ ਆਪ ਚਲ ਜਾਣਾ ਸ਼ਹਿਰ ਕੱਲ ਮੈਂ ਬੀਬੀ ਕਮਾਈ ਨੂੰ ਜੋ ਹੱਥੀ ਸੇਵਾ ਹੁੰਦੀ ਹੱਥੀ ਹੁੰਦੀ ਪ੍ਰਾਹੁਣੇ ਸੱਦ ਕੇ ਘਰੋਂ ਨਹੀਂ ਜਾਈਦਾ ਹੁੰਦਾ ਮੈਂ ਮੂੰਹ ਨਾ ਕਰੂੰਗੀ ਲਾਗੇ ਬਾਹੂੰਗੀ ਦੁੱਖ ਸੁੱਖ ਸੁਣੂੰਗੀ ਗੱਲਾਂ ਬਾਤਾਂ ਕਰੂੰਗੀ ਬਸ ਮੂੰਹ ਨਾ ਕਿਹੜੀ ਸੇਵਾ ਹੁੰਦੀ ਜੇ ਟਿੱਡ ਵਾਲਾ ਕਰਨਾ ਉਹ ਗੱਲਾਂ ਉਹ ਸੇਵਾ ਹੀ ਆ ਸਾਡੇ ਪਾਸ ਉਹ ਸੇਵਾ ਜਿਹੜੀ ਹੁਣ ਗੱਲਾਂ ਕਰ ਲੈਣੀਆਂ ਹੁਣ ਵਿੰਦਰ ਨੂੰ ਵਿਚਾਰ ਨੂੰ ਵਕਤ ਨੂੰ ਫੜਿਆ ਕੱਲ ਦਾ
ਆਪ ਕੋਈ ਕੰਮ ਕੀਤਾ ਨੀ, ਆਪ ਹੌਲੀ ਜੀ ਕਹਿ ਦੇਣਾ ਵੀ ਕੰਮ ਵਾਲੀਆਂ ਲਾ ਲਈਆਂ ਮੈਂ ਬਿਠਾ ਰਾਤ ਨੂੰ ਕੱਲ ਗਾਉਣ ਸੁਖ ਭੈਣ ਦਾ ਪਾਰਸਲ ਆ ਚੁੱਕਾ ਹੈ ਔਨਲਾਈਨ, ਬਹੁਤ ਸ਼ੋਪਿੰਗਾਂ ਕਰਦੀ ਵਿੱਚ ਵਿੱਚ ਹੀ, ਪੈਸੇ ਤਾਰ ਨੂੰ ਮੈਂ ਉਹਨੂੰ ਸਾਰੇ ਪੈਸੇ ਮੈਂ ਦੇ ਕੇ ਆਇਆ, ਰੁਪਈਆ 15,000 ਕੱਢਦੇ ਹੁਣ ਚੁੱਪ ਕਰਕੇ, ਇਕੱਠਾ ਫੜਾ ਛੱਡ ਮੈਨੂੰ, ਜਿਹੜਾ ਤੋਂ ਪਾਰਸਲ ਆਊਗਾ ਉਸ ਵੇਲੇ ਮੈਂ ਲਾ ਦਿਆ ਕਰੂੰਗਾ, ਠੀਕ ਹੈ। ਅਸੀਂ ਥੋੜ੍ਹਾ ਜਿਹਾ ਕੰਮ ਚੱਲਿਆ, ਰਾਸਾਂ ਤੱਕ ਸ਼ਾਇਦ ਖੁੱਲ੍ਹਾ ਹੋਵੇ, ਗੁਰਨਵਾਜ ਦੀ ਇੱਕ ਮੈਡੀਸਨ ਹੀ ਉੱਥੇ ਮੈਡੀਕਲ ਸਟੋਰ ਤੋਂ ਵੇਖਣੀ, ਅਤੇ ਜੇ ਮਿਲ ਗਈ ਇੱਥੋਂ ਤਾਂ ਮੋਗੀ ਸੀ, ਅਤੇ ਖੰਘ ਬਹੁਤ ਆਉਂਦੀ ਇਹਨੂੰ, ਗੁੱਤੇ ਵਾਲੀ ਖੰਘ ਆਉਂਦੀ, ਹੱਟਦੀ ਨਹੀਂ, ਬੜੇ ਦਿਨ ਹੋ ਗਏ, ਅਤੇ ਅਸੀਂ ਵਾਹਵਾ ਦਿਨ ਦਵਾਈ ਲਈ, ਪਰ ਮੋਗੀ ਦਵਾਈ ਇੱਕ ਵਾਰੀ ਫਿਰ ਰਿਪੀਟ ਕਰਨ ਜਾਵਾਂਗੇ। ਸਾਰੇ ਜਣੇ ਕਹਿੰਦੇ ਵੀ ਬੱਚੇ ਬਾਹਰ ਨਹੀਂ ਘੱਲਣੇ ਚਾਹੀਦੇ, ਇੱਥੇ ਰੱਖਣਾ ਚਾਹੀਦਾ, ਸਾਡੇ ਮਗਰ ਗੱਡੀ ਆਉਣ ਦੀ, ਜਿਹੜੀ ਇਹਨੇ ਮਾਰੀ ਗੱਡੀ ਕੇ ਸਾਈਡ ਦੇ ਵਿੱਚ, ਅਤੇ ਵਿੱਚ ਸਿਗਟਾਂ ਪੀਣ ਡਿਆ ਮੁੰਡਾ, ਪੰਜਾਬੀ ਆ, ਅਤੇ ਬੁਰੇ ਹੀ ਹਾਲ ਆ, ਇੰਨੇ ਜ਼ਿਆਦਾ ਨਸ਼ੇ 'ਚ ਟੁਰਨਿਆਂ ਨੂੰ ਪਤਾ ਨਹੀਂ ਲੱਗਣ ਡਿਆ ਕਿੱਧਰ ਨੂੰ ਖੜਨੀ ਹੈ, ਅਤੇ ਮੈਂ ਇਹ ਵੇਖਣਿਆ ਵੀ ਜੇ ਕਹਿਣ ਡੇ ਮੁੰਡੇ ਇੱਥੇ ਨਹੀਂ ਰੱਖਣੇ, ਤਾਂ ਲੋਕ ਕਰਨ ਵੀ ਕੀ, ਨਸ਼ੇ ਤੋਂ ਡਰਦੇ ਹੀ ਘੱਲੀ ਜਾਂਦੇ, ਬੱਚੇ ਬਾਹਰ ਹਨ, ਇੱਥੇ ਕੋਈ ਫਿਊਚਰ ਨਹੀਂ ਹੈਗਾ, ਜੇ ਕੋਈ ਕੰਮ ਕਰਦਾ ਵੀ ਆ ਤਾਂ 4 ਪੈਸੇ ਵੱਧ ਕਮਾਉਣ ਲੱਗ ਪਿਆ, ਅਤੇ ਉਹਨੂੰ ਕੋਈ ਨਾ ਕੋਈ ਨਸ਼ਾ ਲਾ ਦਿੰਦਾ, ਅਤੇ ਚੱਲ ਘਰ ਬਰਬਾਦ ਕਰ ਦਿੰਦੇ। ਉੱਥੇ ਇਹ ਕਿ ਚੱਲ ਥੋੜ੍ਹਾ ਮੱਝਾਂ ਚੱਲ ਜਿੰਨਾ ਕਰਨੇ ਉਹਨਾਂ ਉੱਥੇ ਵੀ ਕਰੀ ਜਾਂਦੇ, ਪਰ ਫਿਰ ਵੀ ਕਾਫ਼ੀ ਹੱਦ ਤੱਕ ਬਚ ਜਾਂਦੇ ਆ, ਇਸ ਕਰਕੇ ਫਿਰ ਲੋਕ ਬਾਹਰ ਜਾਣਾ ਪਸੰਦ ਕਰਦੇ। ਦੋ ਧੁੱਪਾਂ ਲੱਗੀਆਂ, ਕੋਟੀਆਂ ਹੀ ਗਰਮੀਆਂ ਲੱਗਣ ਲੱਗ ਪਈਆਂ, ਤੇ ਹੁਣ ਮੈਨੂੰ ਇਹ ਟੈਂਸ਼ਨ ਪਈ ਵੀ ਗੁਰਨਵਾਲ ਦਾ ਫੰਕਸ਼ਨ ਹੈ, ਉਹ ਅੱਜ ਤੋਂ ਥੋੜੇ ਦਿਨਾਂ ਨੂੰ ਹੈ, ਤੇ ਉਹਨੇ ਦਿਨਾਂ ਨੂੰ ਹੋਰ ਜ਼ਿਆਦਾ ਗਰਮੀ ਹੋਈ ਨਹੀਂ ਹੈ, ਤੇ ਬਾਹਰ ਬੈਠਾ ਨਹੀਂ ਜਾਣਾ। ਮਹਾਰਾਜ ਇੰਨਾ ਸ਼ੁਕਰ ਮੈਂ ਕਰਦੀ ਵਾਹਿਗੁਰੂ ਵੀ ਉਹ ਨਾ ਹੋਵੇ ਬਾਰਿਸ਼ ਨਾ ਹੋਵੇ, ਤੇ ਨਾ ਹੀ ਕਿਤੇ ਹੋ ਹੋਵੇ, ਤੇ ਉਹ ਨਾ ਹੋਵੇ, ਬਾਕੀ ਸਭ ਜਾਣੀ ਕਿ ਤੂੰ ਆਪਣੀ ਗੱਲ ਕਰਨੀ ਹੈ, ਮੈਂ ਸ਼ਾਇਦ ਤੈਨੂੰ ਸ਼ੀਸ਼ਾ ਦੇਖਿਆ ਤੇ ਤੂੰ ਆਪਣੀ ਗੱਲ ਕਰਨ ਲੱਗ ਪਈ ਹੈ। ਤੇ ਹੁਣ ਅਸੀਂ ਚੱਲਦੇ ਜਾਣ ਡਿਆ, ਅੱਜ ਪੂਰਾ ਖਾਲੀ ਆ, ਅੱਜ ਪੂਰਾ ਬੰਦ ਆ, ਅਸੀਂ ਦਵਾਈ ਲੈਣ ਕਰਕੇ ਆਏ, ਵੈਸੇ ਅਸੀਂ ਨਿਕਲੇ ਨੀ ਸਵੇਰ ਦੇ, ਹੁਣ 4 ਵੱਜ ਗਏ ਆ, ਤੇ ਅਸੀਂ ਤੁਹਾਡੇ ਡਾਕਟਰ ਵੀ ਹੁਣ ਮਿਲੇ ਕਿ ਨਾ ਪਤਾ ਨਹੀਂ, ਹੁਣ ਰਸਤੇ ਦੇ ਕਾਫੀ ਬਾਜ਼ਾਰ ਵੈਸੇ ਬੰਦ ਆ, ਜਵੀਰ ਹੁਣ ਅੱਜ ਕਾਫੀ ਬੰਦ ਹੀ, ਵੀਰ ਹੁਣ ਵੀ ਨਹੀਂ ਹੈਗੇ, ਮੈਂ ਕਿਹਾ ਜਿੱਥੇ ਹੁਣ ਇੱਥੇ ਚਾਹ ਪਿਆਦ ਨਹੀਂ ਸਾਨੂੰ, ਹੁਣ ਚੱਲੇ ਹਾਂ, ਦਵਾਈ ਅਸੀਂ ਲਾੜੀ ਮਿਲ ਪਏ ਡਾਕਟਰ, ਮਨਦੀਪ ਨੂੰ ਲਿਆ ਤੇ ਸਵੀਟ ਪਟਾਟੋ, ਤੇ ਮੈਂ ਖਾਊਂਗਾ ਆਪਣੇ ਫੇਵਰੇਟ ਦਹੀਂ ਵਾਲੇ ਗੋਲ ਗੱਪੇ, ਬਹੁਤ ਸਵਾਦ, ਤੇ ਤਰਸਾ ਕੇ ਜੀ ਮਜ਼ਾ ਹੀ ਆ ਜਾਂਦਾ, ਬੰਦਾ ਉੱਥੇ ਖਾ ਆਉਂਦਾ, ਖਾ ਆਉਂਦਾ ਕਲੇਜਾ ਲੂ ਕੇ ਸ਼ਰੀਕਾਂ ਦਾ, ਜੋ ਮਜ਼ਾ ਆਉਂਦਾ ਨਾ ਉਹ ਕਿਤੇ ਨੀ ਆਉਂਦਾ, ਰੱਖਾਂ ਕਿਤੇ ਹੁਣ। ਹਾਂਜੀ ਤੇ ਅਸੀਂ ਪਹੁੰਚ ਗਏ ਘਰ, ਤੇ ਸੁੱਖ ਦਾ ਇੱਥੇ ਕਿਤੇ ਫੋਨ ਆਇਆ ਮੈਨੂੰ, ਆਂਟੀ ਕਿੱਥੇ ਆ, ਮੈਂ ਕਿਹਾ ਜੇ ਰਾਸਾਂ ਹੀ ਉਹ ਤੁਰੇ ਆ, ਮੈਂ ਕੋਈ ਮੰਗਾਉਣਾ ਆ, ਨਹੀਂ ਅਸੀਂ ਨੀ ਕੁਛ ਬਾਹਰ ਦਾ ਖਾਂਦੀ ਆ, ਨਾ ਮੈਂ ਆਣ ਕੇ ਗੱਡੀ ਦਾ ਹਾਰਨ ਜਾ, ਤੇ ਦੋਵੇਂ ਡਰ ਗਈਆਂ, ਪਤਾ ਨੀ ਕੌਣ ਆ ਗਿਆ ਗਾਹ ਉਹ ਵੇਖਣ ਡੀਆਂ, ਮੰਨਦੀਆਂ ਫਿਰ ਮੇਰੀਆਂ ਸਕੀਮਾਂ, ਏਦਾਂ ਮੈਂ ਛੜਾਈ ਬਣਾਉਂਦਾ ਨਾ ਸਾਰੇ ਟੱਬਰ ਨੂੰ, ਉਹ ਪਿੱਬਾ ਵੀ ਦਵਾਈ ਲੈ, ਮਿੱਬਾ ਵੀ ਦਵਾਈ ਲੈ, ਆ ਗਿਆ ਕਿ ਹੋਰਨੇ ਇੱਥੇ ਵੀ। ਲਓ ਜੀ ਮਾਸੀ ਨੇ ਤਿਆਰੀਆਂ ਕਰਨ, ਮਾਸੀ ਦੇ ਪੇਕੇ ਆ ਚੁੱਕੇ ਨੇ, ਮਾਸੀ ਦਾ
ਪਤੀ ਆ ਚੁੱਕਾ ਤੇ ਨਾਲ ਮੰਮੀ ਆ ਚੁੱਕੀ ਨੇ ਮਾਸੀ ਦੀ, ਮਾਸੀ ਗੱਡੀ ਨੂੰ ਕੰਮ ਕਰ ਰਹੀ ਹੈ ਕਿੱਥੇ ਆ, ਮਾਸੀ ਨੇ ਫੜੀ ਡੈਰੀ ਲਿਖ ਲਾ ਪੈਸੇ ਲਿਖ ਲਾ ਦਾਦੀ ਹਰ ਕਿਹਦੇ ਵੱਲੋਂ ਕਿੰਨਾ ਸਗਨ ਆਇਆ, ਮਾਸੀ ਨੇ ਰਟੇ ਉਂਗਲਾਂ ਦੇ ਅੱਜ ਅੱਜ ਨੀ ਆਉਂਦੀ ਸਵੇਰ ਦਾ ਸੂਟ ਸੀ ਪੰਡਿਆ ਇਹਦਾ ਸੂਟ ਨੀ ਸੀ ਤਾਂ ਕੋਸਾ ਬਾਅਦ ਥੂ ਤੜਦੇ ਕੋਸਾ ਮੈਂ ਤਾਂ ਵਿਆਹ ਦੇ ਘਰੋਂ ਖਾਧਾ ਮੈਨੂੰ ਤਾਂ ਪਕੌੜੇ ਪਕੌੜੇ ਏਡੇ ਸਵਾਦ ਲੱਗੇ ਭੋਗ ਵਾਲੇ ਘਰੋਂ ਮੁੰਡੇ ਦੀ ਦਾਦੀ ਵੱਲੋਂ 500 ਰੁਪਏ ਦੀ ਵੇਲ ਰੁਪਇਆ ਵੱਲ 100 ਹੀ ਆ 400 ਆਉਣਾ ਅਜੇ ਖੁੱਲੀਆਂ ਆਹੋ ਸਭ ਦੁਕਾਨਾਂ ਖੁੱਲੀਆਂ ਅਵਿੰਦਰ ਕੀ ਦੁਕਾਨ ਵੀ ਖੁੱਲੀ ਗਈ ਜਾਣ ਕੇ ਇੱਥੇ ਪਿੱਛੇ ਐ ਨੀ ਕਰਨਾ ਅਸੀਂ ਲੈ ਕੇ ਝੂਠ ਨੀ ਮਾਰਦੇ ਦੇਖੀ ਗਾਇਸ ਮੇਰੇ ਇੱਕ ਫਰੈਂਡ ਜਾ ਰਹੇ ਨੇ ਬਾਹਰ ਅਤੇ ਮੈਂ ਉਹਨਾਂ ਨੂੰ ਮਿਲਣ ਜਾ ਰਿਹਾ ਜਦੋਂ ਮੈਂ ਇਹਦੇ ਨਾਲ ਜਾਂਦਾ ਉਦੋਂ ਕਹਿੰਦੀ ਬੜਾ ਹੀ ਚੰਗਾ ਘਰ ਵਾਲਾ ਉਸੇ ਵੇਲੇ ਆਖੇ ਲੱਗ ਜਾਂਦਾ ਜੀ ਜਦੋਂ ਕਿਤੇ ਜਾਣਾ ਹੋਵੇ ਨਾ ਬੰਦੇ ਨੇ ਆਪਣੇ ਦੋਸਤਾਂ ਨਾਲ ਅਤੇ ਉਦੋਂ ਬੁੜੀਆਂ ਪਤਾ ਕੀ ਕਹਿਣਗੀਆਂ ਇਹਨਾਂ ਦੇ ਪੈਰਾਂ ਦੀ ਕਿਤੇ ਮਿੱਟੀ ਚੁੱਕੀ ਗਈ ਚਾਹ ਉਧਰੋਂ ਪੀਵਾਂਗੇ ਨਾਲ ਗੁਲਾਬ ਜਾਮੁਨ ਖਾਵਾਂਗੇ ਨਾਲ ਬਰਫੀ ਖਾਵਾਂਗੇ ਬੀਕਾਨੇਰ ਘਰ ਉਹ ਮਜ਼ਾ ਨੀ ਨਾ ਆਉਂਦਾ ਜੋ ਭਰਾਵਾਂ ਨਾਲ ਬਹਿ ਕੇ ਚਾਹ ਪੀਣ ਦਾ ਮਜ਼ਾ ਆਉਂਦਾ ਕੋਈ ਨੀ ਕੱਲ ਅਸੀਂ ਵੰਡ ਜਾਣਾ ਆ ਜਾਵੀ ਚਾਹ ਧਰ ਲਾਂਗੇ ਇੱਕ ਗਾਣਾ ਨੀ ਆਇਆ ਉਹਦਾ ਕਿਤੇ ਘਰੇ ਬੁਲਾ ਕੇ ਚਾਹ ਦਾ ਕੱਪ ਪਿਆ ਦੇ ਉਹ ਤੇ ਪੁਰਾਣਾ ਹੋ ਗਿਆ ਉਹ ਨਵਾਂ ਹੋਇਆ ਆਪਣੇ ਵਿਆਹ ਤੇ ਲੱਗਾ ਸੀ ਚੇਤਾ ਹੀ ਆਪਣੇ ਵਿਆਹ ਦੇ ਨਾ ਇੰਨਾ ਚਾਹ ਸੀ ਸਾਡੇ ਜਿਹੜੇ ਮੇਰੇ ਫਰੈਂਡ ਸੀ ਨਾ ਮੁੰਡੇ ਸਾਰੇ ਜਿਹੜੇ ਇੰਨਾ ਚਾਹ ਸੀ ਉਹਨਾਂ ਨੂੰ ਜਦੋਂ ਡੀਜੇ ਵਾਲੇ ਪਹਿਲਾਂ ਗਾਣਾ ਨੀ ਲਾਉਂਦੇ ਜੋ ਵੀ ਲਾ ਲਾ ਤੇ ਉਹਨਾਂ ਜਦੋਂ ਪਹਿਲਾਂ ਗਾਣਾ ਨੀ ਲਾਉਂਦੇ ਉਹ ਸ਼ਬਦ ਲਾਉਂਦੇ ਹਨ ਉਹਨਾਂ ਸ਼ਬਦ ਲਾਇਆ ਤੇ ਨਾਲ ਹੀ ਨੱਚਣ ਨੂੰ ਦਿਆ ਉਹ ਆਉਂਦੇ ਭਰਾਵਾ ਉਹਨਾਂ ਗਰੁੱਪ ਕੀਤਾ ਸੀ ਇੱਕ ਅੱਧਾ ਕਿਤੇ ਉਹਨਾਂ ਦੀ ਵੀ ਐਟਮ ਉਟਮ ਤਿਆਰ ਕਰ ਲੈਂਦੇ ਆਉਂਦੇ ਤੂੰ ਰਹਿਣਦੇ ਭਾਵੇਂ ਗਰੁੱਪ ਕਲਾ ਨਾ ਕਲਾ ਨੱਚਣਾ ਨੱਚਣਾ ਇੰਨਾ ਮੇਰੇ ਵਿਆਹ ਤੇ ਨੱਚੇ ਮੈਂ ਬੜਾ ਨੱਚਿਆ ਆਪਣੇ ਸਗਨ ਵਾਲੇ ਦਿਨ ਉਹ ਮੇਰੀ ਆਜ਼ਾਦੀ ਦਾ ਲਾਸਟ ਦਿਨ ਹੀ ਇਸ ਕਰਕੇ ਮੈਂ ਬੜੀ ਖੁਸ਼ੀ ਮਨਾਈ ਬਾਹਾਂ ਕੱਢ ਕੱਢ ਅਗਲੇ ਦਿਨ ਫਿਰ ਮੈਨੂੰ ਅਹਿਸਾਸ ਹੋਇਆ ਮੇਰੇ ਆ ਬੋਤਲ ਹੱਥ ਚ ਗੁਰਦੀ ਭਾਈ ਮੈਨੂੰ ਅਹਿਸਾਸ ਹੋਇਆ ਆਪਣੀ ਗੁਲਾਮੀ ਦਾ ਫਿਰ ਮੈਂ ਉਸ ਦਿਨ ਤੋਂ ਬਾਅਦ ਨਹੀਂ ਨੱਚਿਆ ਪੁੱਤ ਖੁੱਲ ਕੇ ਹੁਣ ਮੈਨੂੰ ਤੇਰੀ ਮਾਂ ਕਹੂਗੀ ਨਾ ਤੁਸੀਂ ਐਂ ਕਰਦੇ ਜੇ ਕੀ ਦੱਸਾਂ ਮੈਂ ਵੱਜਾ ਆਇਆ ਪੁੱਤ ਅੰਦਰੋਂ ਕੀ ਦੱਸਾਂ ਤੈਨੂੰ ਮੈਂ ਤੂੰ ਮੇਰਾ ਬਹੁਤ ਸਹੀ ਗੱਲ ਹੈ ਮੈਂ ਵੀ ਬੜੀ ਖੁਸ਼ ਹਾਂ ਮੈਂ ਆਪਣੇ ਸਗਨ ਤੇ ਬੜਾ ਨੱਚੀ ਤੇ ਬਾਅਦ ਮੈਨੂੰ ਕੀ ਪਤਾ ਮੈਂ ਕੀ ਆਉਂਦੇ ਹੁੰਦੇ ਆ ਦੁੱਖ ਕਿਤੇ ਦੱਸੇ ਜਾਂਦੇ ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ ਕੋਈ ਮੈਨੂੰ ਸਪੈਸ਼ਲ ਮੇਰੀ ਇੰਟਰਵਿਊ ਲੈ ਮੈਂ ਦੱਸਾਂ ਦੁੱਖ ਚੱਲ ਆ ਇਧਰ ਮੈਂ ਇੰਟਰਵਿਊ ਲੈਣਾ ਤੁਹਾਨੂੰ ਆਪਣੇ ਵਿਆਹ ਤੋਂ ਬਾਅਦ ਕਿੱਦਾਂ ਦਾ ਮਹਿਸੂਸ ਹੋਇਆ ਇਹਨੇ ਕੀ ਕਰਦੀ ਹੁੰਦੀ ਕਿ ਮਨੇਰੇ 4 ਵਜੇ ਮੰਮੀ ਨੇ ਘਰੇ ਸਿਖਾ ਕੇ ਘੱਲਿਆ ਕਿੰਨੇ ਮਨੇਰੇ 4 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਕੇਸੀ ਇਸ਼ਨਾਨ ਕਰਕੇ ਮੇਰੇ ਸਿਰਾਣੇ ਬਹਿ ਜਾਣਾ ਵੀ ਉੱਠੋ ਤਾਂ ਤੁਸੀਂ ਬਹੁਤ ਲੇਟ ਉੱਠਦੇ ਹੋ ਚਾਹ ਪੀ ਲਓ ਬੰਦੇ ਚੰਗੇ ਟੱਕਰ ਗਏ ਮੈਂ ਕਿਹਾ ਬੰਦੇ ਚੰਗੇ ਆ ਤੇ ਮੁੰਡੀ ਵੀ ਤੇ ਦਾਲ ਗਲ ਜਾਣੀ ਤੂੰ ਫੇਰ ਕਾਲ ਫੇਰ ਮੈਂ ਕਾਲੀ ਹੁਣ ਮੈਂ ਮੁੰਡੇ ਦੇ ਬਹਾਨੇ ਨਾ 9:30 ਵਜੇ ਹੁਣ ਅਸੀਂ 9 ਲਿਆਉਣੀ ਗੁਰਨਿਵਾਜ ਦੀ ਵੋਟੀ ਤੇ ਫੇਰ ਅਸੀਂ ਏਦਾਂ ਕਰਿਆ
ਕਰਨਾ ਠੀਕ ਆ ਤੇ ਤੇਰੀ ਵੋਟੀ ਨੇ ਪਾਪਾ ਪਾਪਾ ਕਰਦੇ ਫਿਰਿਆ ਕਰਨਾ ਮੰਮੀ ਨਾਲ ਲੱਗਿਆ ਕਰਨੀ ਉਹਦੀ ਠੀਕ ਆ ਕੀ ਕਰਨ ਕਿਉਂਕਿ ਇਹ ਆਪਣੀ ਮੰਮਾ ਦਾ ਬੁਆਏ ਆ ਮੰਮਾ ਨੂੰ ਜਦੋਂ ਮਸਾਂ ਕਰਨਾ ਪੈਂਦਾ ਤੇ ਨੌਂ ਮੇਰੀ ਦੀ ਮੇਰੇ ਨਾਲ ਬਣ ਜਾ ਕਰਨੀ ਵਿਚਾਰੀ ਦੋਵਾਂ ਪਿਓ ਪੁੱਤਾਂ ਨੂੰ ਇਹਨਾਂ ਚੁੱਚੀ ਪਾਈ ਆਪਾਂ ਉਧਰਾਂ ਤੇ ਪਾਈ ਪੱਕੀ ਚੁੱਚੀ ਅਸੀਂ ਅੱਗੇ ਵੀ ਇੱਕ ਵਾਰੀ ਗੁਰਦੁਆਰੇ ਦਾ ਮੰਮੀ ਵਾਡਾ ਬੰਦ ਕੀਤਾ ਇਹਨੂੰ ਖੜਿਆ ਇਹਨੇ ਸਤਾਇਆ ਬੜਾ ਅੱਜ ਫੇਰ ਉਹ ਹਾਲ ਆਇਆ ਸਾਨੂੰ ਉੱਥੇ 10 ਮਿੰਟ ਨੀ ਬਹਿਣ ਦਿੱਤਾ ਇਹਨੇ ਮੈਂ ਤੇ ਮੰਮੀ ਭੌਂਦੇ ਪੈ ਰਹੀ ਮੋੜਾ ਗਏ ਆਂਟੀ ਆਂਦੇ ਯਾਰ ਮੰਮੀ ਵੀ ਮੇਰੇ ਤੋਂ ਕੋਈ ਨਿਆਣਾ ਨੀ ਰੋਂਦਾ ਆ ਵੇਖ ਕੇ ਰੋਈ ਜਾਵੇ ਹਾਂਜੀ ਤੇ ਟਾਈਮ ਹੋ ਗਿਆ 7:30 ਦਾ ਤੇ ਗੁਰਨਿਆਜ ਖੇਡਣ ਡਿਆ ਮੰਮਾ ਨਾਲ ਇੱਧਰ ਜਿੱਥੇ ਆਉਂਦੇ ਸੂਟ ਖੋਲ ਜਾਣ ਤੇ ਉੱਥੋਂ ਬੀਬੀਆਂ ਹਿੱਲ ਨਹੀਂ ਸਕਦੀਆਂ ਉਹਨੇ ਆਪਣਾ ਆਈ ਕੋਈ ਲੈਸ ਲੂਸ ਲਾਉਣ ਤੇ ਉੱਥੇ ਖਲੋ ਗਈ ਕਹਿੰਦੀ ਜਾ ਤੂੰ ਜਾਂਦੀ ਕਿਉਂ ਨੀ ਮੈਂ ਹਾਂ ਬੁੜੀਆਂ ਵੀ ਕਦੀ ਹਿੱਲ ਜਾਣ ਕਿਤੇ ਸੂਟਾਂ ਨਾਲ ਵੇਖ ਕੇ ਆਹਦੇ ਮੱਝ ਛੱਪੜ ਚੋਂ ਤੇ ਜਨਾਨੀ ਸੂਟਾਂ ਵਾਲੀ ਦੁਕਾਨ ਚੋਂ ਕੱਢੀ ਚੱਲ ਪੇਕਿਆਂ ਚੋਂ ਕਹਿੰਦੇ ਹੁੰਦੇ ਆ ਸਬੂਤ ਦਿੰਦਾ ਫਿਰ ਕਿਸੇ ਨੂੰ ਕੋਟ ਪੈਂਟ ਤਾਂ ਭੈਣ ਮੇਰੇ ਕੋਲ ਹੈਗਾ ਪਰ ਪੈਂਟਾਂ ਉੱਚੀਆਂ ਹੈਗੀਆਂ ਸਾਰਿਆਂ ਦੀਆਂ ਕੋਟੀ ਕੋਟ ਉਦੋਂ ਵੀ ਦੂਜੀਆਂ ਪਾਉਂਦੇ ਭੀੜੀਆਂ ਹੁੰਦੀ ਕੋਈ ਜਮਾਨੇ ਦੇ ਹਿਸਾਬ ਨਾਲ ਹੁੰਦਾ ਨਾ ਤੇ ਬੁੜੀਆਂ ਦੇ ਜਮਾਨੇ ਹਿਸਾਬ ਨਾਲ ਸਾਰਾ ਕੁਝ ਹੁੰਦਾ ਨਾ ਇਹਦਾ ਹਿਸਾਬ ਦਾ ਕੋਈ ਮੇਰਾ ਵਿਆਹ ਹੋਣਾ ਕਿ ਨਹੀਂ ਹੋਣਾ ਹੁਣ ਹੋ ਗਿਆ ਹੁਣ ਵਿਚਾਰੇ ਦਾ ਮੋਟਾ ਹੋ ਗਿਆ ਹੁਣ ਢਿੱਡ ਕੱਢਾ ਏਡਾ ਵੱਡਾ ਤੈਨੂੰ ਤਾਂ ਛੋਟਾ ਹੀ ਕਵਲ ਦੇ ਮੁੰਡੇ ਚਾਰ ਉੜਦੀ ਮੈਂ ਪੈਂਦੀਆਂ ਸੱਕ ਕਵਲ ਨੂੰ ਕਿਹਾ ਧੁੱਪ ਸਾਰੀ ਸੜ ਜਾਂਦੀ ਮੁੰਡਾ ਨਹੀਂ ਕੁਝ ਹੋਣਾ ਚਾਹੀਦਾ ਪਹਿਲਾਂ ਮੁੰਡੇ ਨੂੰ ਵੀ ਵੇਖ ਕੇ ਬਹੁ ਨੇ ਸਕਦਾ ਸਵਾਲ।